लुधियाना दे विच जूता कारोबारी गुरविंदर सिंह प्रिंकल ते हुई फायरिंग दे मामले दे विच हनी सेठी दा नाम सामने आ रहा है, जिस तो बाद हनी सेठी ने अपने सोशल मीडिया दे उपर वीडियो पोस्ट की है अते कहा है कि इस मामले दे नाल मेरा कोई लेना देना नहीं है। उसने अपना स्पष्टीकरण दिता है। हनी सेठी अते प्रिंकल दी आपसी तकरार जग जाहर है। दोनों पिछले लंबे समय तो फेसबुक दे उपर एक दूजे दे खिलाफ बयानबाजी करते रहे ने, जिस दे चलते हनी सेठी ते मामला भी दर्ज होया सी, जिस कारण हनी सेठी नू 10 दिन जेल दी हवा भी खानी पई सी। हुण फिर तो प्रिंकल ते गोली चलन दे मामले दे विच हनी सेठी दा नाम सामने आ रहा है, जिस तो बाद फेसबुक उत्ते वीडियो पोस्ट करके हनी सेठी ने अपना पक्ष रखिया। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਵੀ ਮੇਰੇ ਨਾਲ ਬਹੁਤ ਧੱਕਾ ਕਰ ਰਹੇ ਨੇ, ਠੀਕ ਆ। ਵੀ ਪਿਛਲੀ ਵਾਰ ਵੀ ਮੇਰੇ ਤੋਂ 10 ਦਿਨ ਅੰਦਰ ਲਵਾਏ ਗਏ, ਤਾਂ ਕਿ ਮੇਰੀ ਕੋਈ ਗਲਤੀ ਨਹੀਂ ਸੀਗੀ। ਮੇਰੀ ਗਲਤੀ ਇਹ ਸੀ ਵੀ ਮੈਂ ਕਾਰਵਾਈ ਕਰਾਉਣੀ ਚਾਹੁੰਦਾ ਸੀ ਜੋ ਮੇਰੇ ਪਰਿਵਾਰ ਨਾਲ ਪ੍ਰਿੰਕਲ ਨੇ ਧੱਕਾ ਕੀਤਾ, ਠੀਕ ਆ। ਪਰ ਉਸ ਤੋਂ ਬਾਅਦ ਸਾਰੇ ਬੰਦੇ ਵਿੱਚ ਪੈਣ ਤੋਂ ਬਾਅਦ ਮੈਂ ਆਪਣੇ ਵਾਲਾ ਕੇਸ ਵਾਪਸ ਲੈ ਲਿਆ, ਉਹਨੇ ਆਪਣੇ ਵਾਲਾ ਲੈ ਲਿਆ, ਮੇਰੀ ਜ਼ਮਾਨਤ ਕਰਾਤੀ, ਠੀਕ ਆ। ਸੋ ਹੁਣ ਇਹਨਾਂ ਦੀ ਆਪਸੀ ਜੋ ਵੀ ਨਾਨੂ ਨਾਂ ਦੇ ਮੁੰਡੇ ਨਾਲ ਰੰਜਿਸ਼ ਆ, ਇਹਨਾਂ ਦੀ ਆਪਣੀ ਦੋਸਤੀ ਸੀ ਪਹਿਲਾਂ, ਠੀਕ ਹੈ। ਇਹਨਾਂ ਦੀ ਆਪਸੀ ਦੋਸਤੀ ਸੀ, ਇਹਦੇ ਵਿਆਹ ਤੋਂ ਬਾਅਦ ਇਹਨਾਂ ਦਾ ਕਨਫਲਿਕਟ ਵਧਿਆ। ਹੁਣ ਅੱਜ ਪਤਾ ਲੱਗ ਰਿਹਾ ਵੀ ਕੱਲ੍ਹ ਜੋ ਨਾਨੂ ਨੇ ਗੋਲੀਆਂ ਚਲਾਈਆਂ ਨੇ, ਜੋ 4-5 ਮੁੰਡਿਆਂ ਨੇ ਰਲ ਕੇ ਇਹਦੀ ਦੁਕਾਨ ਤੇ ਗੋਲੀਆਂ ਮਾਰੀਆਂ ਨੇ, ਉਹ ਗੋਲੀਆਂ ਜਿਹੜੀਆਂ ਮਾਰੀਆਂ ਨੇ, ਉਹਦੇ 'ਚ ਅੱਜ ਸਵੇਰੇ ਪਤਾ ਲੱਗ ਰਿਹਾ ਵੀ ਮੇਰਾ ਵੀ ਨਾਮ ਹੈ। ਮੈਂ ਹਾਲੇ ਕਿ ਉੱਥੇ ਜਾਣ ਨੂੰ ਉਹਨੂੰ ਪੁੱਛਣ ਨੂੰ ਤਿਆਰ ਸੀ। ਰਾਤ ਦਾ ਮੈਂ ਸਾਰਿਆਂ ਨਾਲ ਗੱਲ ਕਰ ਰਿਹਾ ਵੀ ਠੀਕ ਹੈ ਨਹੀਂ ਠੀਕ, ਇੱਦਾਂ ਕਾਮਨ ਫਰੈਂਡ ਹੁੰਦੀ ਨੇ ਸਾਰਿਆਂ ਦੇ ਵਿੱਚ। ਪਰ ਇਹ ਮੇਰੇ ਨਾਲ ਹੀ ਧੱਕਾ ਕਰ ਰਹੇ ਨੇ, ਯਾਨੀ ਕਿ ਮੇਰਾ ਨਾਂ ਵਿੱਚ ਪਰ ਮੇਰੇ 2 ਬੱਚੇ ਨੇ ਛੋਟੇ, ਮੈਂ ਆਪਣਾ ਕੰਮ ਕਾਰ ਵਾਲਾ ਬੰਦਾ, ਮੇਰੇ ਨਾਲ 20-25 ਜਣੇ ਜੁੜੇ ਹੋਏ ਨੇ ਦੁਕਾਨਦਾਰੀ 'ਚ, ਔਰ ਮੈਂ ਕੋਈ ਇੱਦਾਂ ਦਾ ਕੰਮ ਨਾ, ਮੈਂ ਕਦੀ ਕਿਸੇ ਨੂੰ ਕੋਈ ਮਾਰਨ ਦੀ ਜਾਂ ਕੋਈ ਗੱਲਬਾਤ ਕੀਤੀ, ਨਾ ਮੈਨੂੰ ਲੋੜ ਹੈ। ਮੇਰੇ ਨਾਲ ਇੰਨਾ ਕੁਛ ਹੋਇਆ, ਮੇਰੇ ਪਰਿਵਾਰ ਨਾਲ ਹੋਇਆ, ਮੇਰੀ ਮਾਂ ਨੂੰ, ਮੇਰੀ ਵਾਈਫ ਤੱਕ ਨੂੰ ਗਲਤ ਕਿਹਾ ਗਿਆ, ਮੈਂ ਉਦੋਂ ਨਹੀਂ ਕੁਛ ਕਿਹਾ, ਅਤੇ ਮੈਂ ਹੁਣ ਇਹਦੇ ਨਾਲ ਕੀ ਬਦਲੇ ਲੈਣੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਬਾਈ ਬਣ ਕੇ ਜੋ ਗੱਲ ਹੈਗੀ ਆ ਉਹ ਕੀਤੀ ਜਾਵੇ, ਵੀ ਇਹਨਾਂ ਨੇ ਅੱਜ ਤੱਕ ਨਾ ਕੀਤਾ ਜਾਵੇ ਵੀ ਇੱਕ ਬੰਦੇ ਦੀ ਜ਼ਿੰਦਗੀ ਹੀ ਖਰਾਬ ਹੋ ਜਾਵੇ। ਮੇਰੇ 2 ਛੋਟੇ ਛੋਟੇ ਲੁਧਿਆਣਾ ਦੇ ਵਿੱਚ ਜੁੱਤਾ ਕਾਰੋਬਾਰੀ ਗੁਰਵਿੰਦਰ ਸਿੰਘ ਪ੍ਰਿੰਕਲ ਤੇ ਹੋਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਹਨੀ ਸੇਠੀ ਦਾ ਨਾਮ ਸਾਹਮਣੇ ਆ ਰਿਹਾ ਹੈ, ਜਿਸ ਤੋਂ ਬਾਅਦ ਹਨੀ ਸੇਠੀ ਨੇ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਪੋਸਟ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਮਾਮਲੇ ਦੇ ਨਾਲ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ। ਉਸਨੇ ਆਪਣਾ ਸਪਸ਼ਟੀਕਰਨ ਦਿੱਤਾ ਹੈ। ਹਨੀ ਸੇਠੀ ਅਤੇ ਪ੍ਰਿੰਕਲ ਦੀ ਆਪਸੀ ਤਕਰਾਰ ਜੱਗ ਜ਼ਾਹਰ ਹੈ। ਦੋਨੋਂ ਪਿਛਲੇ ਲੰਬੇ ਸਮੇਂ ਤੋਂ ਫੇਸਬੁੱਕ ਦੇ ਉੱਪਰ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀ ਕਰਦੇ ਰਹੇ ਨੇ, ਜਿਸ ਦੇ ਚੱਲਦੇ ਹਨੀ ਸੇਠੀ 'ਤੇ ਮਾਮਲਾ ਵੀ ਦਰਜ ਹੋਇਆ ਸੀ, ਜਿਸ ਕਾਰਨ ਹਨੀ ਸੇਠੀ ਨੂੰ 10 ਦਿਨ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ। ਹੁਣ ਫਿਰ ਤੋਂ ਪ੍ਰਿੰਕਲ 'ਤੇ ਗੋਲੀ ਚੱਲਣ ਦੇ ਮਾਮਲੇ ਦੇ ਵਿੱਚ ਹਨੀ ਸੇਠੀ ਦਾ ਨਾਮ ਸਾਹਮਣੇ ਆ ਰਿਹਾ ਹੈ, ਜਿਸ ਤੋਂ ਬਾਅਦ ਫੇਸਬੁੱਕ ਉੱਤੇ ਵੀਡੀਓ ਪੋਸਟ ਕਰਕੇ ਹਨੀ ਸੇਠੀ ਨੇ ਆਪਣਾ ਪੱਖ ਰੱਖਿਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇੱਕ ਜ਼ਰੂਰੀ ਬੇਨਤੀ ਕਰਨਾ ਚਾਹੁੰਦਾ ਵੀ ਮੇਰੇ ਨਾਲ ਬਹੁਤ ਧੱਕਾ ਕਰ ਰਹੇ ਨੇ, ਠੀਕ ਆ। ਵੀ ਪਿਛਲੀ ਵਾਰ ਵੀ ਮੇਰੇ ਤੋਂ 10 ਦਿਨ ਅੰਦਰ ਲਵਾਏ ਗਏ, ਤਾਂ ਕਿ ਮੇਰੀ ਕੋਈ ਗਲਤੀ ਨਹੀਂ ਸੀਗੀ। ਮੇਰੀ ਗਲਤੀ ਇਹ ਸੀ ਵੀ ਮੈਂ ਕਾਰਵਾਈ ਕਰਾਉਣੀ ਚਾਹੁੰਦਾ ਸੀ ਜੋ ਮੇਰੇ ਪਰਿਵਾਰ ਨਾਲ ਪ੍ਰਿੰਕਲ ਨੇ ਧੱਕਾ ਕੀਤਾ, ਠੀਕ ਆ। ਪਰ ਉਸ ਤੋਂ ਬਾਅਦ ਸਾਰੇ ਬੰਦੇ ਵਿੱਚ ਪੈਣ ਤੋਂ ਬਾਅਦ ਮੈਂ ਆਪਣੇ ਵਾਲਾ ਕੇਸ ਵਾਪਸ ਲੈ ਲਿਆ, ਉਹਨੇ ਆਪਣੇ ਵਾਲਾ ਲੈ ਲਿਆ, ਮੇਰੀ ਜ਼ਮਾਨਤ ਕਰਾਤੀ, ਠੀਕ ਹੈ। ਸੋ ਹੁਣ ਇਹਨਾਂ ਦੀ ਆਪਸੀ ਜੋ ਵੀ ਨਾਨੂ ਨਾਂ ਦੇ ਮੁੰਡੇ ਨਾਲ ਰੰਜਿਸ਼ ਆ, ਇਹਨਾਂ ਦੀ ਆਪਣੀ ਦੋਸਤੀ ਸੀ ਪਹਿਲਾਂ, ਠੀਕ ਹੈ। ਇਹਨਾਂ ਦੀ ਆਪਸੀ ਦੋਸਤੀ ਸੀ, ਇਹਦੇ ਵਿਆਹ ਤੋਂ ਬਾਅਦ ਇਹਨਾਂ ਦਾ ਕਨਫਲਿਕਟ ਵਧਿਆ। ਹੁਣ ਅੱਜ ਪਤਾ ਲੱਗ ਰਿਹਾ ਵੀ ਕੱਲ੍ਹ ਜੋ ਨਾਨੂ ਨੇ ਗੋਲੀਆਂ ਚਲਾਈਆਂ ਨੇ, ਜੋ 4-5 ਮੁੰਡਿਆਂ ਨੇ ਰਲ ਕੇ ਇਹਦੀ ਦੁਕਾਨ ਤੇ ਗੋਲੀਆਂ ਮਾਰੀਆਂ ਨੇ, ਉਹ ਗੋਲੀਆਂ ਜਿਹੜੀਆਂ ਮਾਰੀਆਂ ਨੇ, ਉਹਦੇ 'ਚ ਅੱਜ ਸਵੇਰੇ ਪਤਾ ਲੱਗ ਰਿਹਾ ਵੀ ਮੇਰਾ ਵੀ ਨਾਮ ਹੈ। ਮੈਂ ਹਾਲੇ ਕਿ ਉੱਥੇ ਜਾਣ ਨੂੰ ਉਹਨੂੰ ਪੁੱਛਣ ਨੂੰ ਤਿਆਰ ਸੀ। ਰਾਤ ਦਾ ਮੈਂ ਸਾਰਿਆਂ ਨਾਲ ਗੱਲ ਕਰ ਰਿਹਾ ਵੀ ਠੀਕ ਹੈ ਨਹੀਂ ਠੀਕ, ਇੱਦਾਂ ਕਾਮਨ ਫਰੈਂਡ ਹੁੰਦੀ ਨੇ ਸਾਰਿਆਂ ਦੇ ਵਿੱਚ। ਪਰ ਇਹ ਮੇਰੇ ਨਾਲ ਹੀ ਧੱਕਾ ਕਰ ਰਹੇ ਨੇ, ਯਾਨੀ ਕਿ ਮੇਰਾ ਨਾਂ ਵਿੱਚ ਪਰ ਮੇਰੇ 2 ਬੱਚੇ ਨੇ ਛੋਟੇ, ਮੈਂ ਆਪਣਾ ਕੰਮ ਕਾਰ ਵਾਲਾ ਬੰਦਾ, ਮੇਰੇ ਨਾਲ 20-25 ਜਣੇ ਜੁੜੇ ਹੋਏ ਨੇ ਦੁਕਾਨਦਾਰੀ 'ਚ, ਔਰ ਮੈਂ ਕੋਈ ਇੱਦਾਂ ਦਾ ਕੰਮ, ਨਾ ਮੈਂ ਕਦੀ ਕਿਸੇ ਨੂੰ ਕੋਈ ਮਾਰਨ ਦੀ ਜਾਂ ਕੋਈ ਗੱਲਬਾਤ ਕੀਤੀ, ਨਾ ਮੈਨੂੰ ਲੋੜ ਹੈ। ਮੇਰੇ ਨਾਲ ਇੰਨਾ ਕੁਛ ਹੋਇਆ, ਮੇਰੇ ਪਰਿਵਾਰ ਨਾਲ ਹੋਇਆ, ਮੇਰੀ ਮਾਂ ਨੂੰ, ਮੇਰੀ ਵਾਈਫ ਤੱਕ ਨੂੰ ਗਲਤ ਕਿਹਾ ਗਿਆ, ਮੈਂ ਉਦੋਂ ਨਹੀਂ ਕੁਛ ਕਿਹਾ, ਅਤੇ ਮੈਂ ਹੁਣ ਇਹਦੇ ਨਾਲ ਕੀ ਬਦਲੇ ਲੈਣੇ ਨੇ। ਸੋ ਕਹਿਣ ਦਾ ਮਤਲਬ ਇਹ ਹੈ ਵੀ ਬਾਈ ਬਣ ਕੇ ਜੋ ਗੱਲ ਹੈਗੀ ਆ ਉਹ ਕੀਤੀ ਜਾਵੇ, ਵੀ ਇਹਨਾਂ ਨੇ ਅੱਜ ਤੱਕ ਨਾ ਕੀਤਾ ਜਾਵੇ ਵੀ ਇੱਕ ਬੰਦੇ ਦੀ ਜ਼ਿੰਦਗੀ ਹੀ ਖਰਾਬ ਹੋ ਜਾਵੇ। ਮੇਰੇ 2 ਛੋਟੇ ਛੋਟੇ